ਗਿਆਨੀ ਭਿੰਦਰਪਾਲ ਸਿੰਘ ਜੀ ਵੱਲੋਂ ਸਾਰੀ ਸਿੱਖ ਕੌਮ ਨੂੰ ਬੇਨਤੀ ਕੀਤੀ ਗਈ ਹੈ ਕਿ 28 ਦਸੰਬਰ 2019 ਨੂੰ ਸਵੇਰੇ 10:45 ਤੇ ਹਰ ਇੱਕ ਸਿੱਖ ਜਿੱਥੇ ਵੀ ਹੋਵੇ, ਭਾਵੇਂ ਦੁਕਾਨ ਤੇ ਬੈਠਾ ਹੋਵੇ, ਕਾਰ ਚਲਾ ਰਿਹਾ ਹੋਵੇ, ਜਹਾਜ਼ 'ਚ ਬੈਠਾ ਹੋਵੇ, ਭਾਵ ਆਪਣੇ ਸਾਰੇ ਕੰਮ ਛੱਡ ਕੇ 10 ਮਿੰਟ ਲਈ ਵਾਹਿਗੁਰੂ ਸਿਮਰਨ ਜ਼ਰੂਰ ਕਰੇ, ਤਾਂ ਜੋ ਸਾਰੀ ਦੁਨੀਆਂ ਨੂੰ ਪਤਾ ਲੱਗੇ ਕਿ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਿਸ ਉਹਨਾਂ ਦੇ ਪੁੱਤਰਾਂ ਦੀ ਸ਼ਹਾਦਤ ਨੂੰ ਯਾਦ ਕਰ ਰਹੇ ਨੇ। ਸਾਰੇ ਇਸ ਦਿਨ ਜ਼ਰੂਰ 10 ਮਿੰਟ ਸਿਮਰਨ ਕਰਨਾ ਅਤੇ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਅਤੇ ਧੰਨ ਧੰਨ ਮਾਤਾ ਗੁਜਰੀ ਜੀ ਨੂੰ ਯਾਦ ਕਰਨਾ। ਅਤੇ ਨਾਲ ਹੀ ਬੇਨਤੀ ਕੀਤੀ ਗਈ ਕਿ ਇਸ ਮੈਸੇਜ ਨੂੰ ਹਰ ਸਿੱਖ ਆਪਣੀ ਫੇਸਬੁੱਕ ਦੀ ਟਾਈਮਲਾਈਨ 'ਤੇ ਪਾਵੇ ਅਤੇ ਜ਼ਿਆਦਾ ਤੋਂ ਜ਼ਿਆਦਾ ਵਟਸਐਪ ਗਰੁੱਪ ਦੇ ਵਿੱਚ ਸ਼ੇਅਰ ਕਰੇ।